ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਲੈ ਕੇ ਮੈਂ ਬਰुण ਕੌਰ ਮਾਨ ਹਾਜ਼ਰ ਹਾਂ ਜੀ ਸਾਸ਼ਟਰੀ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਬੇਰੋਜ਼ਗਾਰੀ ਤੇ ਗਰੀਬੀ ਤੋਂ ਪਿੱਛਾ ਛਡਾਉਂਦੇ 60 ਹੋਰ ਪ੍ਰਵਾਸੀ ਭੂਮਦ ਸਾਗਰ ਦੇ ਰਸਤੇ ਚਲੇ ਗਏ ਮੌਤੇ ਮੂ ਬਾਈਡਨ ਪ੍ਰਸ਼ਾਸਨ ਦੀ ਲੱਖਾਂ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਹਰ ਖੁੱਲੀ ਸਰਹੱਦ ਦੀ ਨੀਤੀ ਨੂੰ ਸੱਤਾ 'ਚ ਆਉਂਦੇ ਹੀ ਖਤਮ ਕਰ ਦੇਵਾਂਗਾ 트럼ਪ ਨੇ ਅਮਰੀਕੀ ਰਾਸ਼ਟਰਪਤੀ ਤੇ ਕੀਤਾ ਤਿੱਖਾ ਹਮਲਾ US ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਰਾਹਤ ਨਹੀਂ ਹੋਵੇਗੀ ਗ੍ਰਿਫਤਾਰੀ ਲੱਗੀ ਰੋਕ ਕੈਨੇਡਾ ਵੱਲੋਂ ਸਪੌਂਸਰਡ ਓਪਨ ਵਰਕ ਪਰਮਿਟਾਂ ਦੇ ਲਈ ਵੱਡਾ ਫੇਰ ਬਦਲ ਕੈਨੇਡਾ ਵਿੱਚ ਸ਼ਰਨ ਦਾ ਦਾਅਵਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਹੈਰਾਨੀਜਨਕ ਵਾਧਾ ਅੰਮ੍ਰਿਤਸਰ ਵਾਸੀਆਂ ਨੂੰ ਜਲਦ ਮਿਲੇਗੀ ਖੁਸ਼ਖਬਰੀ ਖੋਲਿਆ ਜਾਏਗਾ ਅਮਰੀਕਨ ਕੌਂਸਲੇਟ ਅਮਰੀਕੀ ਕੌਂਸਲੇਟ ਖੁੱਲਣ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੀਜ਼ਾ ਲੈਣ ਦੇ ਮੌਕੇ ਅਤੇ ਮਿਲਣਗੀਆਂ ਬਹੁਤ ਸਾਰੀਆਂ ਸਹੂਲਤਾਂ ਭਾਰਤੀਆਂ ਲਈ ਅਹਿਮ ਖਬਰ ਆਸਟ੍ਰੇਲੀਆ ਦੇ ਵਿੱਚ ਕਾਮਿਆਂ ਲਈ ਚੇਤਾਵਨੀ ਜਾਰੀ ਲੀਬੀਆ ਦੇ ਤੱਟ ਤੋਂ ਬਚਾਏ ਗਏ 817 ਪ੍ਰਵਾਸੀ ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਅਪਡੇਟ ਬੇਰੋਜ਼ਗਾਰੀ ਅਤੇ ਗਰੀਬੀ ਦੇ ਚੰਬੇ ਲੋਕ ਯੂਰਪ ਵੱਲ ਗੈਰ ਕਾਨੂੰਨੀ ਢੰਗ ਨਾਲ ਕਰਦੇ ਤਾਂ ਕੁਝ ਭਵਿੱਖ ਬਿਹਤਰ ਬਣਾਉਣ ਦੇ ਲਈ ਨੇ ਪਰ ਬਹੁਤ ਘੱਟ ਲੋਕ ਨੇ ਜਿਨ੍ਹਾਂ ਦਾ ਇਹ ਸੁਪਨਾ ਸਹਾਰ ਹੁੰਦਾ ਹੈ। ਕਈ ਤਾਂ ਵਿਚਾਰੇ ਰਾਹ ਵਿੱਚ ਹੀ ਜ਼ਿੰਦਗੀ ਤੋਂ ਹੱਥ ਤੋਂ ਵੰਦੇ ਨੇ। ਹਜ਼ਾਰਾਂ ਲੋਕ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਯੂਰਪ ਆਉਂਦੇ ਸਮੇਂ ਸਮੁੰਦਰੀ ਰਸਤੇ, ਭੂ-ਮੱਧ ਸਾਗਰ ਦੀਆਂ ਲਹਿਰਾਂ ਵਿੱਚ ਆਪਣਾ ਵਰਤਮਾਨ ਵੀ ਗਵਾ ਬੈਠੇ ਤੇ ਅੱਜ ਵੀ ਇਹ ਵਰਤਾਰਾ ਜਾਰੀ ਹੈ। ਬੀਤੇ ਦਿਨ ਇਟਲੀ ਦੇ ਸਚੀਲੀਅਨ ਲੈ ਪੁੰਡੂਸਾ ਟਾਪੂ ਨੇ ਲੀਬੀਆ ਤੋਂ ਆ ਰਹੀ ਇੱਕ ਰਬੜ ਦੀ ਟਿਊਬ ਵਾਲੀ ਕਿਸ਼ਤੀ ਵਿੱਚ ਸਵਾਰ 85 ਪ੍ਰਵਾਸੀਆਂ 'ਚੋਂ 60 ਦੀ ਦਰਦਨਾਕ ਮੌਤ ਹੋ ਗਈ ਸੀ ਜਦਕਿ ਬਾਕੀ 25 ਲੋਕ ਜਿਹੜੇ ਕਿ ਬਹੁਤ ਹੀ ਤਰਸਯੋਗ ਤੇ ਕਮਜ਼ੋਰੀ ਦੀ ਹਾਲਤ ਵਿੱਚ ਸੀ ਉਹਨਾਂ ਨੂੰ ਬਚਾ ਲਿਆ ਗਿਆ ਸੀ ਇਸ ਘਟਨਾ ਦੇ ਵਿੱਚ ਬਚੇ ਪ੍ਰਵਾਸੀਆਂ ਦੇ ਅਨੁਸਾਰ ਉਹ ਲੋਕ 85 ਲੋਕ ਇੱਕ ਰਬੜ ਦੀ ਬਣੀ ਟਿਊਬ ਵਾਲੀ ਕਿਸ਼ਤੀ ਚ ਲੀਬੀਆ ਦੇ ਜ਼ਾਵੀਆ ਤੋਂ ਕਈ ਦਿਨ ਪਹਿਲਾਂ ਯੂਰਪ ਲਈ ਰਵਾਨਾ ਹੋਏ ਸੀ ਜਿਨ੍ਹਾਂ ਵਿੱਚ ਕੁਝ ਔਰਤਾਂ ਤੇ ਇੱਕ ਬੱਚਾ ਸ਼ਾਮਲ ਸੀ ਕਿਸ਼ਤੀ ਜਦੋਂ ਲੀਬੀਆ ਤੋਂ ਚੱਲੀ ਤਾਂ ਕੁਝ ਸਮੇਂ ਬਾਅਦ ਹੀ ਕਿਸ਼ਤੀ ਦੀ ਮੋਟਰ ਖਰਾਬ ਹੋ ਗਈ ਜਿਸ ਕਾਰਨ ਉਹ ਸਮੁੰਦਰ ਵਿੱਚ ਫਸ ਗਏ ਜ਼ਿਆਦਾ ਸਮਾਂ ਸਮੁੰਦਰ ਵਿੱਚ ਰਹਿਣ ਤੇ ਕੁਝ ਨਾ ਖਾਣ ਕਾਰਨ ਕੁਝ ਲੋਕ ਡੀਹਾਈਡਰੇਸ਼ਨ ਦੇ ਸ਼ਿਕਾਰ ਹੋਣ ਕਾਰਨ ਉਹਨਾਂ ਦੀ ਮੌਤ ਹੁੰਦੀ ਕਿਸਤੀ ਵਿੱਚ ਸਵਾਰ ਬਹੁਤੇ ਲੋਕਾਂ ਨੇ ਬੇਸ਼ੱਕ ਆਪਣੇ ਸਾਥੀਆਂ ਦੀ ਬਹੁਤ ਦੇਖਭਾਲ ਕੀਤੀ ਪਰ ਅਫਸੋਸ ਬਹੁਤਿਆਂ ਨੇ ਆਪਣੇ ਅਖੀ ਆਪਣੇ ਪਿਆਰਿਆਂ ਨੂੰ ਮਰਦੇ ਵੇਖਿਆ ਯੂਰੋਪੀਅਨ ਚਾਰਟੇ ਦੇ ਸਮੁੰਦਰੀ ਜਹਾਜ਼ ਓਸ਼ੀਅਨ ਵਾਈਕਿੰਗ ਨੇ ਜਦੋਂ 25 ਲੋਕਾਂ ਨੂੰ ਸਮੁੰਦਰ ਵਿੱਚ ਵੇਖਿਆ ਤਾਂ ਇਲਾਜ ਦੇ ਲਈ ਇਤਾਲਵੀ ਕੋਸਟ ਗਾਰਡ ਹੈਲੀਕਾਪਟਰ ਦੁਆਰਾ ਉੱਤਰ ਵੱਲ ਲਗਭਗ 60 ਮੀਲ ਦੂਰ ਸਿ ਚਾਲੀਅਨ ਟਾਪੂ ਲੈਂਪੇਂਡੂਸਾ ਵਿਖੇ ਲਜਾਇਆ ਗਿਆ ਇਹਨਾਂ ਵਿੱਚ ਦੋ ਬਿਓਸ਼ ਸੀ ਤੇ 23 ਦੀ ਹਾਲਤ ਗੰਭੀਰ ਸੀ ਇਹਨਾਂ ਲੋਕਾਂ ਦੀ ਹਾਲਤ ਥਕਾਵਟ ਭੁੱਖ ਤੇ ਪਾਣੀ ਦੀ ਕਮੀ ਕਾਰਨ ਤਰਸ ਯੋਗ ਸੀ SOS ਮੈਡੀ ਤੇ ਰਾਨਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਬਚਾਏ 25 ਪ੍ਰਵਾਸੀ ਸਾਰੇ ਮਰਦ ਸੀ ਜਿਨ੍ਹਾਂ ਵਿੱਚੋਂ 12 ਨਵਾਲਗ ਸੀ ਜਿਹੜੇ ਕਿ ਸਨੇਗਲ ਮਾਲੀ ਤੇ ਗੈਂਬੀਆ ਦੇਸ਼ਾਂ ਨਾਲ ਸੰਬੰਧਤ ਨੇ ਜਿਹੜੇ ਲੋਕ ਇਸ ਘਟਨਾ ਚ ਬਚੇ ਨੇ ਉਹ ਸਦਮੇ ਚ ਨੇ ਜਿਸ ਕਾਰਨ ਉਹ ਆਪਣੇ ਨਾਲ ਵਾਪਰੇ ਹਾਦਸੇ ਨੂੰ ਸਹੀ ਢੰਗ ਨਾਲ ਨਹੀਂ ਦੱਸ 파 ਰਹੇ ਸੀ UN ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦਾ ਕਹਿਣਾ ਹੈ ਕਿ ਇਸ ਸਾਲ ਮਾਰਚ ਤੱਕ ਖਤਰਨਾਕ ਕੇਂਦਰੀ ਭੂ-ਮੱਧ ਮਾਰਗ ਤੇ 227 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਮੌਤ ਦੇ ਮੂੰਹ ਵਿੱਚੋਂ ਲੰਘ ਕੇ ਯੂਰਪ ਪਹੁੰਚਣ ਵਾਲਿਆਂ ਦੀ ਗਿਣਤੀ ਇਸ ਸਾਲ ਜਨਵਰੀ ਤੋਂ ਮਾਰਚ ਤੱਕ 19562 ਹੈ ਆਪਣੇ ਆਪ ਹੀ ਮੌਤ ਦੇ ਮੂੰਹ ਵਿੱਚ ਜਾਣ ਦਾ ਇਹ ਸਫ਼ਰ ਕਦੋਂ ਰੁਕੇਗਾ ਇਹ ਸਵਾਲ ਤਾਂ ਸਾਰੇ ਕਰਦੇ ਨੇ ਪਰ ਜਵਾਬ ਦੇਣ ਦੇ ਲਈ ਸੰਬੰਧਿਤ ਦੇਸ਼ਾਂ ਦੀਆਂ ਮੌਜੂਦਾ ਸਰਕਾਰਾਂ ਕਦੋਂ سنجਿੰਦਾ ਹੋਣਗੀਆਂ ਕੋਈ ਨਹੀਂ ਜਾਣਦਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 트੍ਰੰਪ ਅਮਰੀਕਾ ਚ ਵਾਧ ਰਹੇ ਪ੍ਰਵਾਸੀ ਅਪਰਾਧਾਂ ਨੂੰ ਲੈ ਕੇ ਬਾਈਡਨ ਪ੍ਰਸ਼ਾਸਨ ਦੇ ਖਿਲਾਫ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਜੇਕਰ ਉਹ ਸੱਤਾ ਚਾਏ ਤਾਂ ਉਹ ਹਰ ਓਪਨ ਬਾਰਡਰ ਨੀਤੀ ਨੂੰ ਖਤਮ ਕਰ ਦੇਣਗੇ ਵੈਂਡੋਲਿਆ ਅਯੋਦੇ ਡੇਟਨ ਉਪਨਗਰ ਚਿਕਰੇਲੀ ਨੂੰ ਪਿਛਲੇ ਦਿਨੀ ਸੰਬੋਧਨ ਕਰਦਿਆਂ 트ੰਪ ਨੇ ਜਾਰਜੀਆ ਯੂਨੀਵਰਸਿਟੀ ਦੇ ਨਰਸਿੰਗ ਵਿਦਿਆਰਥੀਆਂ ਲੇਕਨ ਰਿਲੇ ਦੀ ਮੌਤ ਦਾ ਵੀ ਜ਼ਿਕਰ ਕੀਤਾ ਫੌਕਸ ਨਿਊਜ਼ ਦੇ ਅਨੁਸਾਰ ਸਾਬਕਾ ਰਾਸ਼ਟਰਪਤੀ ਨੇ ਬਾਈਡਨ ਤੇ ਹਿੰਸਕ ਗਰੋਹ ਦੇ ਮੈਂਬਰਾਂ ਅਤੇ ਗੈਂਗਸਟਰਾਂ ਸਮੇਤ ਲੱਖਾਂ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਦਾ ਦੋਸ਼ ਲਗਾਇਆ ਅਮਰੀਕਾ ਮੈਕਸੀਕੋ ਸਰਹੱਦ ਤੇ ਸਥਿਤੀ ਤੇ ਜ਼ੋਰ ਦਿੰਦੇ ਹੋਏ 트ੰਪ ਨੇ ਕਿਹਾ ਕਿ ਅਸੀਂ ਇਸ ਨੂੰ ਦੁਬਾਰਾ ਠੀਕ ਕਰਨ ਜਾ ਰਹੇ ਹਾਂ ਸਾਬਕਾ ਰਾਸ਼ਟਰਪਤੀ ਇਨੇ ਕਿਹਾ ਮੇਰਾ ਪਹਿਲਾ ਕੰਮ ਸਾਡੇ ਦੇਸ਼ ਤੇ ਹਮਲੇ ਨੂੰ ਰੋਕਣਾ ਤੇ ਜੋ ਬਾਈਡਨ ਦੇ ਗੈਰ ਕਾਨੂੰਨੀ ਪਰਦੇਸੀਆਂ ਨੂੰ ਘਰ ਭੇਜਣਾ ਹੋਏਗਾ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਸ਼ੱਕ ਵਿੱਚ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੀ ਟੈਕਸਾਸ ਦੀ ਯੋਜਨਾ ਬੁੱਧਵਾਰ ਨੂੰ ਇੱਕ ਵਾਰ ਫਿਰ ਰੋਕ ਦਿੱਤੀ ਗਈ। ਇਹ ਕਦਮ ਇਸ ਸੰਬੰਧ ਵਿੱਚ ਕਾਨੂੰਨ ਲਾਗੂ ਹੋਣ ਤੋਂ ਕੁਝ ਸਮੇਂ ਬਾਅਦ ਸਰਹੱਦ 'ਤੇ ਬਣੀ ਅਨਿਸ਼ਚਿਤਤਾ ਅਤੇ ਮੈਕਸੀਕੋ ਵੱਲੋਂ ਪ੍ਰਗਟਾਈ ਗਈ ਨਾਰਾਜ਼ਗੀ ਦੇ ਚਲਦਿਆਂ ਚੁੱਕਿਆ ਗਿਆ ਹੈ। ਪੰਜਵੀਂ ਅਮਰੀਕੀ ਸਰਕਟ ਅਪੀਲ ਕੋਰਟ ਦੇ ਪੈਨਲ ਨੇ ਮੰਗਲਵਾਰ ਦੇਰ ਰਾਤ ਜਾਰੀ ਕੀਤੇ ਇੱਕ ਆਦੇਸ਼ ਵਿੱਚ ਇੱਕ ਵਾਰ ਫਿਰ ਕਾਨੂੰਨ 'ਤੇ ਰੋਕ ਲਗਾ ਦਿੱਤੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਇੱਕ ਫੈਸਲੇ 'ਚ ਟੈਕਸ ਸਿਸ ਰਾਜ ਨੂੰ ਸਖਤ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਦੀ ਆਗਿਆ ਦਿੱਤੀ ਸੀ ਜਿਸ ਵਿੱਚ ਪੁਲਿਸ ਨੂੰ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ੀ ਪ੍ਰਵਾਸੀਆਂ ਨੂੰ ਗ੍ਰਫਤਾਰ ਦੇ ਵਿਆਪਕ ਅਧਿਕਾਰ ਦਿੱਤੇ ਗਏ ਪਰ ਬਾਅਦ ਵਿੱਚ ਦੋ ਇੱਕ ਦੇ ਅਨੁਪਾਤ ਵਿੱਚ ਦਿੱਤੇ ਗਏ ਆਦੇਸ਼ ਵਿੱਚ ਇੱਕ ਅਪੀਲੀ ਅਦਾਲਤ ਦੇ ਪੈਨਲ ਦੇ ਦੁਆਰਾ ਇਸ ਤੇ ਰੋਕ ਲਗਾ ਦਿੱਤੀ ਗਈ ਕਾਨੂੰਨ ਤੇ ਬੁੱਧਵਾਰ ਨੂੰ ਜ਼ੁਬਾਨੀ ਦਲੀਲ ਦਿੱਤੀ ਜਾਣੀ ਹੈ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਗਲਾ ਫੈਸਲਾ ਕਦੋਂ ਆਏਗਾ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਮੈਕਸੀਕੋ ਦੀ ਸਰਕਾਰ ਨੇ ਕਿਹਾ ਸੀਗਾ ਕਿ ਉਹ ਉਨ੍ਹਾਂ ਪ੍ਰਵਾਸੀਆਂ ਦੀ ਵਾਪਸੀ ਨੂੰ ਸਵੀਕਾਰ ਨਹੀਂ ਕਰੇਗੀ ਜਿਨ੍ਹਾਂ ਨੂੰ ਟੈਕਸਸ ਦੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਅਮਰੀਕਾ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਕਾਨੂੰਨ ਟੈਕਸਸ ਪੁਲਿਸ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਮਾਮਲੇ ਦੇ ਵਿੱਚ ਸ਼ੱਕੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਦਿੰਦਾ ਹੈ। ਹਿਰਾਸਤ ਵਿੱਚ ਲਏ ਗਏ ਪ੍ਰਵਾਸੀ ਜਾਂ ਤਾਂ ਅਮਰੀਕਾ ਛੱਡਣ ਦੇ ਜੱਜ ਦੇ ਆਦੇਸ਼ ਨਾਲ ਸਹਿਮਤ ਹੋ ਸਕਦੇ ਨੇ ਜਾਂ ਉਨ੍ਹਾਂ ਤੇ ਗੈਰਕਾਨੂੰਨੀ ਦਾਖਲੇ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ 스파우스 ওপਨ ਵਰਕ ਪਰਮਿਟ ਯਾਨਕੀ ਇਸ ਤੋਂ WPP ਲਈ ਯੋਗਤਾ ਵਿੱਚ ਤਬਦੀਲੀਆਂ ਬਾਰੇ ਹੋਰ ਵੇਰਵੇ ਇਸ ਹਫਤੇ ਜਾਰੀ ਕੀਤੇ ਜ਼ਿਕਰਯੋਗ ਹੈ ਕਿ 22 ਜਨਵਰੀ 2024 ਨੂੰ ਵਿਭਾਗ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਚ ਕਈ ਬਦਲਾਅ ਕੀਤੇ ਸੀ ਉਹਨਾਂ ਵਿੱਚ IRCC ਨੇ ਕਿਹਾ ਸੀ ਕਿ ਅੰਡਰਗ੍ਰੈਜੂਏਟ ਅਤੇ ਕਾਲਜ ਪ੍ਰੋਗਰਾਮਾਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਹੁਣ SOWPS ਲਈ ਯੋਗ ਨਹੀਂ ਹੋਣਗੇ 19 ਮਾਰਚ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਾਈ ਵਾਲਤੇ ਜੀਵਨ ਸਾਥੀ ਕੇਵਲ ਤਾਂ ਹੀ एसओडब्ल्यूपी ਲਈ ਯੋਗ ਹੁੰਦੇ ਨੇ ਜੇਕਰ ਉਹਨਾਂ ਦਾ ਸਪான்ਸਰ ਕੈਨੇਡਾ ਵਿੱਚ ਕਿਸੇ ਯੂਨੀਵਰਸਿਟੀ ਜਾਂ ਪੋਲੀਟੈਕਨਿਕ ਸੰਸਥਾ ਵਿੱਚ ਮਾਸਟਰ ਜਾਂ ਡਾਕਟੋਰੇਟ ਡਿਗਰੀ ਪ੍ਰੋਗਰਾਮ 'ਚ ਦਾਖਲ ਹੈ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੇ ਜੀਵਨ ਸਾਥੀ ਜਾਂ ਭਾਈਵਾਲਾਂ ਲਈ ਕੁਝ ਰੋਕਾਂ ਨੇ ਕਿਸੇ ਯੂਨੀਵਰਸਿਟੀ ਵਿੱਚ ਕੁਝ ਐਲੀਜੀਬਿਲਿਟੀਆਂ ਜੋ ਜਾਰੀ ਕੀਤੀਆਂ ਉਸ ਹਿਸਾਬ ਨਾਲ ਦਿੱਤੇ ਪੇਸ਼ੇਵਰ ਡਿਗਰੀ ਪ੍ਰੋਗਰਾਮਾਂ 'ਚ ਇੱਕ ਵਿੱਚ ਅੰਡਰ ਗ੍ਰੈਜੂਏਟ ਵਿਦਿਆਰਥੀ ਦੇ ਜੀਵਨ ਸਾਥੀ ਵੀ एसओडब्ल्यूपी ਲਈ ਅਰਜ਼ੀ ਦੇਣ ਦੇ ਯੋਗ ਨੇ ਅੰਤ ਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਅਤੇ ਭਾਈਵਾਲ ਜੋ ਹੁਣ ਆਪਣੇ ਆਪ ਨੂੰ ਐਸਟੀਓ ਡਬਲਯੂਪੀ ਲਈ ਯੋਗ ਨਹੀਂ ਸਮਝਦੇ ਕਿਸੇ ਹੋਰ ਕਿਸਮ ਦੇ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇ ਸਕਦੇ ਨੇ ਹਾਲਾਂਕਿ ਵਿਜ਼ਟਰ ਵਜੋਂ ਕੈਨੇਡਾ ਆਉਣ ਵਾਲਿਆਂ ਨੂੰ ਕੰਮ ਕਰਨ ਦੀ ਆਗਿਆ ਨਹੀਂ ਹੈ ਇੱਕ ਐਸਓ ਡਬਲਯੂਪੀ ਧਾਰਕ ਨੂੰ ਕੈਨੇਡਾ ਵਿੱਚ ਲਗਭਗ ਕਿਸੇ ਵੀ ਰੋਜ਼ਗਾਰਦਾਤਾ ਲਈ ਕੰਮ ਕਰਨ ਦੀ ਆਗਿਆ ਦਿੰਦਾ ਹੈ ਇਹ ਪਰਿਵਾਰ ਦੇ ਇਕੱਠ ਕਰਨ ਨੂੰ ਉਤਸ਼ਾਹਿਤ ਕਰਨ ਲਈ ਆਈਆਰਸੀਸੀ ਦੇ ਆਦੇਸ਼ ਦਾ ਸਮਰਥਨ ਕਰਨ ਦਾ ਸਾਧਨ ਵੀ ਇਹ ਹਾਲਾਂਕਿ 28 ਫਰਵਰੀ ਨੂੰ ਸਿਟਿਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ ਸਥਾਈ ਕਮੇਟੀ ਨੂੰ ਇੱਕ ਟਿੱਪਣੀ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਉਹ ਮਾਸਟਰਜ਼ ਅਤੇ ਪੀਐਚਡੀ ਦੇ ਵਿਦਿਆਰਥੀਆਂ ਦੇ ਸਾਥੀਆਂ ਅਤੇ ਜੀਵਨ ਸਾਥੀਆਂ ਤੱਕ ਇਸ ਤੋਂ ਡਬਲਯੂਪੀਐਸ ਨੂੰ ਸੀਮਤ ਕਰ ਰਹੇ ਨੇ ਤਾਂ ਕਿ ਇੱਕ ਵੋਲਿਊਮ ਚੁਣੌਤੀਆਂ ਤੇ ਹਮਲਾ ਕੀਤਾ ਜਾ ਸਕੇ ਪਰ ਅਖੰਡਤਾ ਦੀਆਂ ਚੁਣੌਤੀਆਂ ਵੀ ਜਿਸ ਨਾਲ ਅਸੀਂ ਵਿਸ਼ਵਾਸ ਕਰਦੇ ਹਾਂ ਉਹ ਖੇਤਰ ਤੇ ਜਿਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਜ਼ਰੂਰੀ ਤੌਰ ਤੇ ਜਾਇਜ਼ ਨਹੀਂ ਸੀ ਕੈਨੇਡਾ ਵਿੱਚ ਕਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ ਹੋਇਆ ਹੈ ਖੁਲਾਸੇ ਦੇ ਮੁਤਾਬਕ ਵੱਡੀ ਗਿਣਤੀ ਵਿੱਚ ਕਮਾਂਤਰੀ ਵਿਦਿਆਰਥੀਆਂ ਵੱਲੋਂ ਰਿਫਿਊਜ਼ਸ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਪਿਛਲੇ ਲੰਬੇ ਅਰਸੇ ਤੋਂ ਕੈਨੇਡਾ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਜਿਸ ਤੇ ਚਲਦਿਆਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਕੈਨੇਡਾ ਜਾਣ ਦੇ ਲਈ ਸਿੱਧੇ ਅਸਿੱਧੇ ਹਰ ਤਰ੍ਹਾਂ ਦੇ ਤਰੀਕੇ ਵਰਤੇ ਜਾ ਰਹੇ ਨੇ ਮੌਜੂਦਾ ਸਮੇਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਭਾਰਤ ਵਿੱਚ ਖਤਰਾ ਹੋਣ ਦੀ ਗੱਲ ਕਹਿ ਕੇ ਰਿਫਿਊਜ਼ਸ ਦਾ ਦਾਵਾ ਕਰਕੇ ਸ਼ਰਨ ਮੰਗੀ ਜਾ ਰਹੀ ਹੈ ਅਜਿਹਾ ਦਾਵਾ ਕਰਨ ਵਾਲੇ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ 4.5 ਗੁਣਾ ਵਾਧਾ ਦੇਖਣ ਨੂੰ ਮਿਲ ਰਿਹਾ ਉਸ ਵਿੱਚ ਵਾਟਰਲੂ ਰੀਜ਼ਨ ਰਿਕਾਰਡ ਦੀ ਇੱਕ ਰਿਪੋਰਟ ਦੇ ਮੁਤਾਬਕ ਇਕੱਲੇ ਕਾਂਸਟੋਗਾ ਕਾਲਜ ਵਿੱਚ ਅਜਿਹੇ ਦਾਅਵੇ ਸਾਡੇ 4 ਗੁਣਾ ਵਧ ਗਏ ਨੇ ਸਾਲ 2022 ਵਿੱਚ 106 ਵਿਦਿਆਰਥੀਆਂ ਵੱਲੋਂ ਅਜਿਹੇ ਦਾਅਵੇ ਕੀਤੇ ਗਏ ਸੀ ਪਰ ਸਾਲ 2023 ਵਿੱਚ ਵਧ ਕੇ ਇਹਨਾਂ ਦੀ ਗਿਣਤੀ 450 ਹੋ ਗਈ ਹੈ ਦਰਅਸਲ ਕੈਨੇਡਾ ਵਿੱਚ ਜੇਕਰ ਕੋਈ ਸੰਸਥਾ ਕੈਨੇਡੀਅਨ ਕੁਮਾਂਤਰੀ ਸਿੱਖਿਆ ਪ੍ਰੋਗਰਾਮ ਦਾ ਪ੍ਰਤੀਕ ਰਹੀ ਹੈ ਤਾਂ ਉਹ ਕਿਚਨਰ ਅਤੇ ਕਾਂਸਟੋਗਾ ਕਾਲਜ ਹੈ ਜੋ ਟੋਰਾਂਟੋ ਤੋਂ ਕਰੀਬ 100 ਕਿਲੋਮੀਟਰ ਦੂਰ ਪੱਛਮ ਦੇ ਵਿੱਚ ਪੈਂਦਾ ਹੈ ਇੱਥੇ ਕੁਮਾਂਤਰੀ ਵਿਦਿਆਰਥੀਆਂ ਦੀ ਨਾਮਜ਼ਦਗੀ ਦੇ ਵਿੱਚ ਸਭ ਤੋਂ ਤੇਜ਼ ਵਾਧਾ ਕਿਆ ਗਿਆ ਸਾਲ 2021 ਵਿੱਚ ਇੱਥੇ 13000 ਵਿਦਿਆਰਥੀ ਨਾਮਜ਼ਦ ਸੀ ਜਿਨ੍ਹਾਂ ਦੀ ਗਿਣਤੀ ਸਾਲ 2023 ਵਿੱਚ ਵੱਧ ਕੇ 30000 ਤੋਂ ਉੱਪਰ ਹੋ ਗਈ ਇਹ ਰਿਕਾਰਡ ਗਿਣਤੀ ਕੈਨੇਡਾ ਦੇ ਕਿਸੇ ਵੀ ਹੋਰ ਕਾਲਜ ਨੂੰ ਪਿੱਛੇ ਛੱਡ ਦਿਆਂ ਕੈਨੇਡਾ ਲਈ ਕਰੋੜਾਂ ਡਾਲਰ ਲੈ ਕੇ ਆਈ ਹੈ ਪਰ ਹੁਣ ਸਰਕਾਰ ਵੱਲੋਂ ਕ ਮੰਤਰੀ ਸਿੱਖਿਆ ਪ੍ਰੋਗਰਾਮ ਤੇ ਨਕੇਲ ਕੱਸਣ ਦੇ ਨਾਲ ਹੋਰ ਕਾਲਜਾਂ ਦੇ ਕਾਂਸਟੋਗਾ ਕਾਲਜ ਤੇ ਉਂਗਲਾ ਉਠਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਮੌਜੂਦਾ ਸਮੇਂ ਬੇਸ਼ੱਕ ਕੈਨੇਡਾ ਦੇ ਬਹੁਤ ਸਾਰੇ ਕਾਲਜ ਕਾਫੀ ਕਬਰ ਆਏ ਹੋਏ ਨੇ ਪਰ ਉਹ ਪੀੜਤ ਨਹੀਂ ਪੀੜਤ ਤਾਂ ਕੇਵਲ ਮਾਂਤਰੀ ਵਿਦਿਆਰਥੀ ਨੇ ਜਿਹੜੇ ਹਜ਼ਾਰਾਂ ਡਾਲਰ ਖਰਚ ਕਰਕੇ ਕੈਨੇਡਾ ਵਿੱਚ ਉਮੀਦ ਨਾਲ ਆਏ ਨੇ ਕਿ ਉਹਨਾਂ ਨੂੰ ਇੱਥੇ ਸਥਾਈ ਨਿਵਾਸ ਮਿਲ ਜਾਏਗਾ ਪਰ ਉਹਨਾਂ ਦਾ ਇਹ ਸੁਪਨਾ ਜਲਦੀ ਪੂਰਾ ਹੁੰਦਾ ਨਹੀਂ ਜਾਂਦਾ ਪੰਜਾਬ ਦੇ ਅੰਮ੍ਰਿਤਸਰ ਵਿੱਚ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ ਅਮਰੀਕਾ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵਿਦੇਸ਼ ਮੰਤਰੀ ਡਾਕਟਰ ਜੈ ਸ਼ੰਕਰ ਨਾਲ ਇਸ ਹਫਤੇ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਜਲਦੀ ਹੀ ਅੰਮ੍ਰਿਤਸਰ ਦੇ ਵਿੱਚ ਕੌਂਸੂਲੇਟ ਖੋਲ੍ਹਿਆ ਜਾਏਗਾ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਰਕਾਰ ਵੱਲੋਂ ਭਾਰਤ ਵਿੱਚ ਦੋ ਹੋਰ ਨਵੇਂ ਕੌਂਸੂਲੇਟ ਖੋਲੇ ਜਾਣੇ ਨੇ ਜਿਨ੍ਹਾਂ ਵਿੱਚ ਇੱਕ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਜੈ ਸ਼ੰਕਰ ਨੇ ਅੰਮ੍ਰਿਤਸਰ ਵਿੱਚ ਖੋਲਣ ਦਾ ਪ੍ਰੋਸਤਾ ਪਰ ਗਠਾਇਆ ਹੈ ਉਹਨਾਂ ਨੇ ਕਿ ਅੰਮ੍ਰਿਤਸਰ ਵਿੱਚ ਅਮਰੀਕੀ ਕੌਂਸੂਲੇਟ ਖੋਲਣ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੀਜ਼ਾ ਲੈਣ ਦੇ ਮੌਕੇ ਅਤੇ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਵਧਾਉਣ ਦੇ ਮੌਕੇ ਮਿਲਣਗੇ ਅਤੇ ਦੋਵਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨਾਲ ਜੁੜ ਸਕਣਗੇ ਉਹਨਾਂ ਨੇ ਡਾਕਟਰ ਜੈ ਸ਼ੰਕਰ ਨਾਲ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਸੇਵਾਵਾਂ ਸ਼ੁਰੂ ਕਰਨ ਅਤੇ ਦੇਸ਼ ਵਿਦੇਸ਼ ਨਾਲ ਹਵਾਈ ਸੰਪਰਕ ਵਧਾਉਣ ਬਾਰੇ ਵੀ ਚਰਚਾ ਕੀਤੀ ਹੈ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਜਾਂ ਕੰਮ ਦੀ ਭਾਲ ਕਰਨ ਵਾਲੇ ਲੋਕਾਂ ਲਈ ਖਬਰ ਆਈ ਇਸ ਹਫਤੇ ਹਾਲ ਹੀ ਵਿੱਚ ਅਧਿਕਾਰੀਆਂ ਨੇ ਆਸਟ੍ਰੇਲੀਆ 'ਚ ਕੰਮ ਦੀ ਭਾਲ ਕਰਨ ਵਾਲੇ ਲੋਕਾਂ ਨੂੰ ਕਾਮਿਆਂ ਦੇ ਸ਼ੋਸ਼ਣ ਅਤੇ ਜ਼ਬਰੀ ਮਜ਼ਦੂਰੀ ਵਿੱਚ ਬਾਧੇ ਬਾਰੇ ਚੇਤਾਵਨੀ ਦਿੱਤੀ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਐਤਵਾਰ ਨੂੰ ਜਨਕਿ ਪਿਛਲੇ ਐਤਵਾਰ ਨੂੰ ਦੇਸ਼ ਵਿੱਚ ਰੋਜ਼ਗਾਰ ਦੀ ਭਾਲ ਕਰ ਰਹੇ ਘਰੇਲੂ ਅਤੇ ਵਿਦੇਸ਼ੀ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇੱਛਾ ਵਿਰੁੱਧ ਕੰਮ ਕਰਨ ਦੇ ਲਈ ਮਜਬੂਰ ਕੀਤੇ ਜਾਣ ਧਮਕੀ ਦਿੱਤੇ ਜਾਣ ਜਾਂ ਧੋਖਾ ਦਿੱਤੇ ਜਾਣ ਪ੍ਰਤੀ ਚੇਤਨ اے ایف ਪੀ ਦੇ ਅਨੁਸਾਰ ਆਸਟ੍ਰੇਲੀਆ ਵਿੱਚ 2018 ਤੋਂ 2019 ਤੱਕ ਜਬਰੀ ਮਜ਼ਦੂਰੀ ਜਾਂ ਮਜ਼ਦੂਰਾਂ ਦੇ ਸ਼ੋਸ਼ਣ ਦੀਆਂ 178 ਰਿਪੋਰਟਾਂ ਆਈਆਂ ਨੇ ਜੋ ਮਨੁੱਖੀ ਤਸਕਰੀ ਦੇ ਰੂਪ ਨੇ ਇਸ ਨੇ ਸਰੀਰੀ ਕਤੇ ਮਨੋਵਿਗਿਆਨਿਕ ਦੁਰਵਿਵਹਾਰ ਮਾਰੀਆਂ ਕੰਮਾਂ ਦੀਆਂ ਸਥਿਤੀਆਂ ਅਤੇ ਕਰਜ਼ੇ ਦੇ ਬੰਧਨ ਦੀਆਂ ਕਾਰਵਾਈਆਂ ਦੀ ਪਛਾਣ ਕੀਤੀ ਜਦੋਂ ਇੱਕ ਪੀੜਤ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਉਸਤੇ ਆਪਣੇ ਮਾਲਕ ਦਾ ਵੱਡਾ ਕਰਜ਼ਾ ਹੈ ਉਸ ਦੇ ਭੁਗਤਾਨ ਦੇ ਲਈ ਉਸ ਨੂੰ ਕੰਮ ਕਰਨਾ ਚਾਹੀਦਾ ਹੈ ਏ ਐਫ ਪੀ ਆਂਡਰ ਹੈਲਨ ਨੇ ਕਿਹਾ ਹੈ ਕਿ ਸਥਾਈ ਕੰਮ ਦੀ ਤਲਾਸ਼ ਕਰ ਰਹੇ ਪ੍ਰਵਾਸੀ ਕਾਮੇ ਆਪਣੀ ਵੀਜ਼ਾ ਸਥਿਤੀ, ਸੱਭਿਆਚਾਰਕ ਰੁਕਾਵਟਾਂ, ਸਮਾਜਿਕ ਅਲੱਗ-ਥਲੱਗ ਅਤੇ ਆਸਟ੍ਰੇਲੀਅਨ ਕਾਮਿਆਂ ਦੇ ਅਧਿਕਾਰਾਂ ਦੀ ਸੀਮਤ ਸਮਝ ਕਾਰਨ ਵਿਸ਼ੇਸ਼ ਤੌਰ ਤੇ ਅਸੁਰੱਖਿਅਤ ਸੀ। ਉਹਨਾਂ ਨੇ ਇੱਕ ਬਿਆਨ ਚ ਕਿਹਾ ਕਿ ਅਪਰਾਧੀ ਆਸਟ੍ਰੇਲੀਆ ਵਿੱਚ ਮੌਸਮੀ ਜਾਂ ਸਥਾਈ ਕੰਮ ਦੀ ਤਲਾਸ਼ ਕਰ ਰਹੇ ਕਮਜ਼ੋਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਧੋਖੇਬਾਜ਼ ਢੰਗਾਂ ਦੀ ਵਰਤੋਂ ਕਰ ਸਕਦੇ ਨੇ। ਪਿਛਲੇ ਹਫਤੇ ਲੀਬੀਆ ਦੇ ਤੱਟ ਤੋਂ 817 ਪ੍ਰਵਾਸੀਆਂ ਨੂੰ ਬਚਾਇਆ ਗਿਆ। ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈ.ਓ.ਐਮ ਨੇ ਇੱਕ ਬਿਆਨ ਚੁਕਾਇਆ ਕਿ 817 ਪ੍ਰਵਾਸੀਆਂ ਨੂੰ 10-16 ਮਾਰਚ 2024 ਤੱਕ ਰੋਕਿਆ ਗਿਆ ਸੀ। ਉਹ ਲੀਬੀਆ ਵਾਪਸ ਆ ਗਏ। ਬਚਾਏ ਗਏ ਪ੍ਰਵਾਸੀਆਂ ਚ 82 ਔਰਤਾਂ ਤੇ 30 ਬੱਚੇ ਸੀ। ਇਸ ਸਾਲ ਹੁਣ ਤੱਕ ਕੁੱਲ 2738 ਪ੍ਰਵਾਸੀਆਂ ਨੂੰ ਬਚਾਇਆ ਜਾ ਚੁੱਕਿਆ ਹੈ। ਇਨ੍ਹਾਂ ਚੋਂ ਪਚਾਹ ਨੰਦੇਮੀ ਦੀ ਮੌਤ ਹੋ ਗਈ ਹੈ ਅਤੇ 228 ਲੋਕ ਅਜੇ ਵੀ ਲਾਪਤਾ ਨੇ ਖਾਸ ਤੌਰ ਤੇ ਬਹੁਤ ਸਾਰੇ ਗੈਰ ਦਸਤਾਵੇਜ਼ੀ ਪ੍ਰਵਾਸੀ ਜ਼ਿਆਦਾਤਰ ਅਫਰੀਕਾ ਤੋਂ ਭੂਮਧ ਸਾਗਰ ਨੂੰ ਪਾਰ ਕਰਕੇ ਲੀਬੀਆ ਤੋਂ ਯੂਰੋਪੀ ਕਿਨਾਰਿਆਂ ਤੱਕ ਜਾਣ ਦੀ ਚੋਣ ਕਰਦੇ ਨੇ ਜੋ ਕਿ 2011 ਤੋਂ ਅਰਾਜਕਤਾ ਦਾ ਸਾਹਮਣਾ ਕਰ ਰਿਹਾ ਹੈ ਜਦੋਂ ਮਰਹੂਮ ਸਾਬਕਾ ਨੇਤਾ ਮੁਅਮਰ ਗਦਾਫੀ ਦਾ ਤਖਤਾ ਪਲਟਾਇਆ ਗਿਆ ਸੀ ਲੀਬੀਆ ਦੇ ਗ੍ਰਹਿ ਮੰਤਰੀ ਇਮਾਦ ਅਲ ਤਾਰਬੇਲਸੀ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਕਿ ਮੰਤਰਾਲਾ ਸਾਲ ਦੇ ਅੰਦਰ 20000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਯੋਜਨਾ ਬਣਾ ਰਿਹਾ ਹੈ ਇਸ ਹਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਬਰਨ ਕੌਰ ਮਾਨ ਨੂੰ ਦਿਵਾਕਿਆ ਸਾਡਾ YouTube ਚੈਨਲ ਸਾਡਾ Instagram ਪੇਜ ਸਾਡਾ Facebook ਪੇਜ ਸਬਸਕ੍ਰਾਈਬ ਫੋਲੋ ਤੇ ਲਾਈਕ ਕਰ ਦਿਓ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ